ਪੰਜਾਬ ਦੇ ਵਿੱਚ ਪੂਰਾ ਸੰਸਾਰ ਜਾਣਦਾ ਹੈ ਕਿ ਬਹੁਤ ਥਾਵਾਂ 'ਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ। ਅੱਜ ਜਿਹੜੇ ਚੌਂਕ ਦੇ ਵਿੱਚ ਅੱਜ ਆਪਾਂ ਖੜ੍ਹੇ ਹਾਂ, ਗੁਰੂ ਗ੍ਰੰਥ ਸਾਹਿਬ ਦੀ ਜਦੋਂ ਬੇਅਦਬੀ ਹੋਈ, ਇਸ ਚੌਂਕ ਦੇ ਵਿੱਚ ਸ਼ਾਂਤਮਈ ਢੰਗ ਦੇ ਨਾਲ ਰੋਸ ਕਰ ਰਹੀਆਂ ਸੰਗਤਾਂ, ਪਾਠ ਕਰ ਰਹੀਆਂ ਸੰਗਤਾਂ ਦੇ ਉੱਤੇ ਲਾਠੀਚਾਰਜ ਹੋਇਆ, ਪਾਣੀ ਦੀਆਂ ਵਿਛਾੜਾਂ ਹੋਈਆਂ, ਗੋਲੀਆਂ ਚੱਲੀਆਂ, ਸਿੰਘ ਜ਼ਖਮੀ ਹੋਏ ਔਰ ਗ੍ਰਿਫਤਾਰੀਆਂ ਹੋਈਆਂ। ਉਸ ਤੋਂ ਬਾਅਦ ਬਹਿਬਲ ਕਲਾਂ ਦੇ ਵਿੱਚ ਸਾਡੇ ਸਿੰਘ ਜਿਹੜੇ ਉਹ ਗੋਲੀਆਂ ਮਾਰ ਕੇ ਸ਼ਹੀਦ ਕੀਤੇ ਗਏ। ਬਰਗਾੜੀ ਦੀਆਂ ਗਲੀਆਂ ਦੇ ਵਿੱਚ ਹੋਰ ਕਈ ਥਾਵਾਂ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਅੰਗ ਨੇ ਉਹ ਪਾੜ ਕੇ ਖਿਲਾਰੇ ਗਏ। ਇਸ ਰੋਸ ਦੇ ਵਿੱਚ ਬਰਗਾੜੀ ਦਾ ਮੋਰਚਾ 6 ਮਹੀਨੇ ਲੱਗਿਆ ਔਰ ਉਸ ਮੋਰਚੇ ਨੇ ਸਰਕਾਰ ਦੇ ਉੱਤੇ ਪ੍ਰੈਸ਼ਰ ਬਣਾਇਆ ਔਰ ਦੋਸ਼ੀ ਜਿਹੜੇ ਸਾਹਮਣੇ ਆਏ ਉਹ ਦੋਸ਼ੀ ਫੜ ਕੇ ਜੇਲ੍ਹ ਦੀਆਂ ਸਲਾਖਾਂ ਦੇ ਵਿੱਚ ਪਿੱਛੇ ਕੀਤੇ ਗਏ। ਔਰ ਜਿਹੜਾ ਬਾਦਲ ਪਰਿਵਾਰ ਜਿਸ ਦੀ ਸਰਕਾਰ ਸੀ, BJP ਅਤੇ ਬਾਦਲ ਦੀ ਸਰਕਾਰ ਸੀ, ਉਹਦੀ ਸਰਕਾਰ ਦੇ ਵਿੱਚ ਇਹ ਸਾਰਾ ਕਾਰਾ ਜਿਹੜਾ ਹੋਇਆ ਔਰ ਉਸ ਤੋਂ ਬਾਅਦ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਸੀ, ਪ੍ਰਕਾਸ਼ ਸਿੰਘ ਬਾਦਲ ਨੇ, ਉਹਦੀ ਸਰਕਾਰ ਨੇ ਉਹਨਾਂ ਨੂੰ ਜੇਲ੍ਹ ਦੇ ਵਿੱਚ ਨਹੀਂ ਸੁੱਟਿਆ, ਉਹਨਾਂ ਨੂੰ ਫੜਿਆ ਨਹੀਂ, ਬਲਕਿ ਉਹਨਾਂ ਨੂੰ ਪਨਾਹ ਦਿੱਤੀ, ਉਹਨਾਂ ਦੀ ਸਹਾਇਤਾ ਕੀਤੀ, ਉਹਨਾਂ ਨੂੰ ਬਚਾਇਆ। ਔਰ ਉਹ ਜਿਹੜਾ ਪਰਿਵਾਰ ਹੈ ਪ੍ਰਕਾਸ਼ ਸਿੰਘ ਬਾਦਲ ਦਾ, ਇਹ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਦੇ ਸੰਬੰਧ ਵਿੱਚ ਔਰ ਸਿੰਘਾਂ ਨੂੰ ਸ਼ਹੀਦ ਕਰਨ ਦੇ ਸੰਬੰਧ ਵਿੱਚ, ਲਾਠੀਆਂ ਚਲਾਉਣ ਦੇ ਸੰਬੰਧ ਵਿੱਚ, ਗੋਲੀਆਂ ਚਲਾਉਣ ਦੇ ਸੰਬੰਧ ਦੇ ਵਿੱਚ ਇਹ ਅੱਜ ਪੰਥ ਦਾ ਦੋਸ਼ੀ ਪਰਿਵਾਰ ਹੈ, ਇਹ ਅੱਜ ਪੰਥ ਦੀ ਦੋਸ਼ੀ ਪਾਰਟੀ ਹੈ। ਅਤੇ ਅਸੀਂ ਅੱਜ ਇੱਥੋਂ ਜਿਹੜਾ ਮਾਰਚ ਸ਼ੁਰੂ ਕਰ ਰਹੇ ਹਾਂ ਉਹ ਇੱਕ ਇਹ ਸੁਨੇਹਾ ਦੇਣ ਜਾ ਰਿਹਾ, ਇੱਕ ਸੰਕੇਤ ਦੇ ਰੂਪ ਦੇ ਵਿੱਚ ਅੱਜ ਪੰਜਾਬ ਦੇ ਵਾਸੀਆਂ ਨੂੰ ਇਹ ਕਹਿਣ ਜਾ ਰਿਹਾ ਕਿ ਭਰਾਓ, ਪੰਜਾਬ ਦੇ ਵਾਸੀਓ, ਗੁਰੂ ਰੂਪ ਖਾਲਸਾ ਜੀ, ਪੰਥ ਜੀ, ਅੱਜ ਅਸੀਂ ਤੁਹਾਨੂੰ ਕਹਿ ਰਹੇ ਹਾਂ ਕਿ ਪ੍ਰਕਾਸ਼ ਸਿੰਘ ਬਾਦਲ, ਉਹਦੀ ਸਰਕਾਰ ਜਿਹੜੀ ਰਹੀ, ਉਹਦੀ ਪਾਰਟੀ, ਉਹਦੇ ਸਹਿਯੋਗੀ ਔਰ ਪ੍ਰਕਾਸ਼ ਸਿੰਘ ਬਾਦਲ ਦਾ ਸਾਥ ਦੇਣ ਵਾਲੇ ਉਹ ਪੰਥ ਦੇ ਦੋਸ਼ੀ ਨੇ, ਉਹ ਪੰਥ ਦੀ ਜਿਹੜਾ ਕਟਹਿਰੇ ਦੇ ਵਿੱਚ ਖੜ੍ਹੇ ਹੋਏ ਨੇ। ਇਹਨਾਂ ਨੂੰ ਜੇ ਤੁਸੀਂ ਅੱਜ ਵੋਟ ਪਾਓਗੇ ਤਾਂ ਤੁਹਾਨੂੰ ਪਤਾ ਇਸ ਡਾਂਗ ਨੇ ਅੱਗੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਾਈ ਹੈ। ਤੁਸੀਂ ਸੋਚ ਲਓ ਕਿ ਆਪਾਂ ਇਹਨੂੰ ਵੋਟ ਨਹੀਂ ਪਾਉਣੀ, ਇਹਨੂੰ ਅੱਜ ਸਬਕ ਸਿਖਾਉਣ ਦੀ ਲੋੜ ਹੈ, ਅੱਜ ਇਹਨੂੰ ਪੰਜਾਬ ਦੀ ਜਿਹੜੀ ਇਹਦੀ ਥਾਂ ਪੰਜਾਬ ਦੇ ਵਿੱਚ ਉਹ ਕੁਰਸੀਆਂ ਨਹੀਂ ਰਹਿ ਗਈ, ਅੱਜ ਇਹਦੀ ਥਾਂ ਪਤਾ ਕਿੱਥੇ ਹੈ, ਜੇਲ੍ਹ ਦੇ ਵਿੱਚ ਹੈ, ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ, ਜਿਵੇਂ ਸਿੱਟ ਨੇ ਆਪਣੀ ਕਾਰਵਾਈ ਕੀਤੀ ਹੈ ਔਰ ਉਹਦੇ ਵਿੱਚ ਪੁੱਛਗਿੱਛ ਦੇ ਦੌਰਾਨ ਇਹ ਸਾਰੇ ਦੋਸ਼ੀ ਪਾਏ ਗਏ ਨੇ। ਇਹਨਾਂ ਨੂੰ ਆਪਾਂ ਨਾ ਵੋਟਾਂ ਪਾ ਕੇ ਅੱਜ ਇਹਨਾਂ ਨੂੰ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਖੜ੍ਹੇ ਕਰਨਾ ਹੈ ਤਾਂ ਕਿ ਜਿਹੜਾ ਪੰਥ ਦਾ ਜਿਹੜਾ ਹਿਰਦਾ ਜਿਹੜਾ ਉਹ ਠੰਡਾ ਠਾਰ ਹੋਵੇ, ਉਹਨੂੰ ਥੋੜ੍ਹਾ ਜਿਹਾ ਸਕੂਨ ਮਿਲੇ। ਮੈਂ ਸਮੁੱਚੇ ਪੰਜਾਬ ਦੇ ਵਾਸੀਆਂ ਨੂੰ, ਸਮੁੱਚੇ ਜਿਨ੍ਹਾਂ ਨੇ ਅੱਜ ਵੋਟ ਦਾ ਇਸਤੇਮਾਲ ਕਰਨਾ 19 ਤਰੀਕ ਤੱਕ, ਉਹਨਾਂ ਨੂੰ ਮੈਂ ਕਹਿ ਰਿਹਾ ਕਿ ਭਰਾਓ ਆਓ ਸਾਰੇ ਇਕੱਠੇ ਹੋਈਏ, ਆਓ ਪਿੰਡ ਪਿੰਡ ਦੇ ਵਿੱਚੋਂ ਉੱਠੀਏ,
ਕਾਲੀਆਂ ਝੰਡੀਆਂ ਲੈ ਕੇ ਆਓ, ਆਪਾਂ ਕਾਫਲੇ ਬਣਾਈਏ, ਆਓ ਇਹਨਾਂ ਨੂੰ ਘੇਰੀਏ, ਆਓ ਇਹਨਾਂ ਨੂੰ ਭਜਾਈਏ, ਔਰ ਆਓ ਆਪਾਂ ਜਿਹੜਾ ਆਪਣਾ ਇਨਸਾਫ ਆ ਉਹਨੂੰ ਪੱਕਾ ਕਰਨ ਵਾਸਤੇ ਜਿਹੜਾ ਆਪਣੀ ਮੰਜ਼ਿਲ ਆ ਉਹਦੇ ਵੱਲ ਨੂੰ ਆਪਾਂ ਵਧੀਏ। ਅੱਜ ਅਸੀਂ ਸਾਰੇ ਪੰਥ ਨੂੰ ਸੁਨੇਹਾ ਦੇਣ ਵਾਸਤੇ ਆਏ, ਔਰ ਅਸੀਂ ਕੋਟਕਪੂਰੇ ਤੋਂ ਵਾਹਿਗੁਰੂ ਚੱਲ ਕੇ ਅਸੀਂ ਦਮਦਮਾ ਸਾਹਿਬ ਜਾਵਾਂਗੇ। ਇਹ ਦੇਖੋ ਅੱਜ ਇਹ ਸ਼ੁਰੂਆਤ, ਇਸ ਤੋਂ ਬਾਅਦ ਬੜੇ ਮਾਰਚ ਹੋਣੇ ਨੇ, ਇਹ ਸਾਰੇ ਪੰਜਾਬ ਨੇ ਸੜਕਾਂ ਦੇ ਉੱਤੇ ਆਉਣਾ 19 ਤਰੀਕ ਤੱਕ, ਅਤੇ ਮੈਂ ਅੱਜ ਕਹਿ ਰਿਹਾ ਇਹਨੂੰ ਅੱਜ ਸ਼ੁਰੂਆਤ ਸਮਝਿਆ ਜਾਵੇ, ਔਰ ਸਾਰੇ ਪੰਜਾਬ ਦੇ ਵਾਸੀਆਂ ਨੂੰ ਮੈਂ ਕਹੂੰਗਾ ਕਿ ਇਹਨਾਂ ਦਾ ਬਾਈਕਾਟ ਕਰ ਦਿਓ, ਇਹਨਾਂ ਨੂੰ ਵੋਟ ਆਪਾਂ ਨਹੀਂ ਪਾਉਣੀ। ਤੁਸੀਂ ਜਾਂਦੇ ਹੋ ਬਰਗਾੜੀ ਵੀ ਰੁਕੋਗੇ ਜਾਂ ਨਹੀਂ? ਹਾਂ ਬਰਗਾੜੀ।